Uh, students, we have started our new chapter biotechnology and its application, chapter number 12, in the last class. in the last class, we have discussed about the application of biotechnology in agriculture. continue and the agriculture, the applications name. so one major application is production of pest resistance plant. because uh, you know very well, ਜਿਹੜੀਆਂ ਪੈਸਟੀਸਾਈਡਸ ਹੁੰਦੀਆਂ ਨੇ ਦੇ ਆਰ ਵੈਰੀ ਵੈਰੀ ਹਾਰਮਫੁਲ ਫਾਰ ਸੋਇਲ ਫਾਰ आवर এনवायरमेंट ਸੋ ਜਿਹੜੇ ਫਾਰਮਰਸ ਨੇ ਉਹ ਪੈਸਟੀਸਾਈਡ ਤੇ ਡਿਪੈਂਡ ਨਾ ਰਹਿਣ ਇਸ ਕਰਕੇ ਪੈਸਟ ਰੈਜ਼ਿਸਟੈਂਸ ਪਲਾਂਟਸ ਦੀ ਡਿਵੈਲਪਮੈਂਟ ਕਰਵਾਈ ਗਈ ਹੈ ਤਾਂ ਕਿ ਜਿਹੜੀਆਂ ਵੀ ਪੈਸਟ ਹੈ ਸੋ ਪੈਸਟ ਐਕਚੁਅਲੀ ਹੁੰਦੀ ਕੀ ਹੈ ਪੈਸਟ ਹੋ ਸਕਦੀ ਹੈ ਕੋਈ ਵੀ ਆਰਗਨਿਜ਼ਮ ਜੋ ਆਪਣੇ ਪlant ਲਈ ਖਤਰਨਾਕ ਹੋਵੇ ਇਹਨੂੰ ਪlant ਨੂੰ ਨੁਕਸਾਨ ਪਹੁੰਚਾਉਂਦਾ ਹੋਵੇ ਕੋ ਰੈਟ ਹੋ ਸਕਦੀ ਹੈ ਕੋਈ ਮਾਈਸ ਹੋ ਸਕਦੀ ਹੈ ਕੋਈ ਇਨਸੈਕਟ ਹੋ ਸਕਦਾ ਹੈ ਜੋ ਕਿ ਐਜ਼ ਅ ਪੈਸਟ ਏਕਟ ਕਰਦਾ ਹੈ ਪlant ਵਾਸਤੇ ਆਪਣੀ ਕ੍ਰੌਪ ਵਾਸਤੇ ਸੋ ਇਹਦੇ ਵਿੱਚ ਕੀ ਕੀਤਾ ਗਿਆ ਪੈਸਟ ਰੈซิਸਟੈਂਟ ਪlant ਦੇ ਵਿੱਚ ਬੀਟੀ ਟੌਕਸਿਨ ਜੀਨ ਟ੍ਰਾਂਸਫਰ ਕਰਵਾਇਆ ਗਿਆ ਹੈ ਆਪਣੇ ਟਾਰਗੇਟ ਪlant ਦੇ ਵਿੱਚ ਇਹਦੇ ਯੂਜ਼ ਦੇ ਨਾਲ ਬੀਟੀ ਕਾਟਨ ਤਿਆਰ ਕੀਤੀ ਗਈ ਹੈ ਬੀਟੀ ਕੌਰਨ ਬੀਟੀ ਬ੍ਰਿੰਜਲ ਬੀਟੀ ਟਮੇਟੋਸ ਬੀਟੀ ਪੋਟੈਟੋਸ ਐਂਡ ਬੀਟੀ ਸੋਇਆ ਬੀਨਸ ਤਿਆਰ ਕੀਤੇ ਗਏ ਨੇ ਸੋ ਆ ਜਿਹੜਾ ਬੀਟੀ ਟੌਕਸਿਨ ਜੀਨ ਹੈ ਇਹ ਐਕਚੁਅਲੀ ਪ੍ਰੈਜ਼ੈਂਟ ਕਿੱਥੇ ਹੁੰਦਾ ਹੈ ਇਹ ਪ੍ਰੈਜ਼ੈਂਟ ਹੁੰਦਾ ਹੈ ਇੱਕ ਬੈਕਟੀਰੀਆ ਦੇ ਵਿੱਚ ਗ੍ਰਾਮ ਪੋਜ਼ਿਟਿਵ ਬੈਕਟੀਰੀਆ ਕਿਹੜਾ ਹੈ ਉਹ ਬੈਸਿਲਸ ਟੋਰਿੰਜਨਿਸਿਸ ਠੀਕ ਹੈ ਉਹਦੇ ਵਿੱਚੋਂ ਟੌਕਸਿਨ ਆਈਸੋਲੇਟ ਕਰਵਾਇਆ ਗਿਆ ਹੈ ਐਂਡ ਇਸ ਜੀਨ ਨੂੰ ਪlant ਦੇ ਵਿੱਚ ਇੰਟਰੋਡਿਊਸ ਕਰਵਾਇਆ ਗਿਆ ਹੈ ਯੂ نو ਵੈਰੀ ਵੈਲ ਕਿ ਜਿਹੜੇ ਮੈਥਡਸ ਨੇ ਇੰਟਰੋਡਕਸ਼ਨ ਵਾਲੇ ਜੋ ਆਪਾਂ ਆਲਰੇਡੀ ਟੂਲਸ ਆਫ ਆਰਡੀ ਐਂਡ ਟੈਕਨੋਲੋਜੀ ਦੇ ਵਿੱਚ ਪੜ ਕੇ ਆਏ ਆ ਜਿਹੜੇ ਵੀ ਜੀਨ ਗਨ ਹੈ ਨਾ ਮਾਈਕਰੋ ਇੰਜੈਕਸ਼ਨ ਉਹ ਸਾਰੇ ਮੈਥਡਸ ਦੇ ਨਾਲ ਬੀਟੀ ਟਾਕਸਿਕ ਜੀਨ ਨੂੰ ਉਸ ਬੈਕਟੀਰੀਆ ਦੇ ਵਿੱਚੋਂ ਆਈਸੋਲੇਟ ਕਰਵਾ ਕੇ ਆਪਣੇ ਟਾਰਗੇਟ ਕ੍ਰੌਪ ਦੇ ਵਿੱਚ ਟਾਰਗੇਟ ਪlant ਦੇ ਵਿੱਚ ਇੰਜੈਕਟ ਕਰਵਾਇਆ ਗਿਆ ਹੈ ਠੀਕ ਹੈ ਸੋ ਜਦੋਂ ਪlant ਦੇ ਵਿੱਚ ਜਾਂਦਾ ਹੈ ਆ ਜੀਨ ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਹੈ ਐਂਡ ਉਸ ਪlant ਦੇ ਵਿੱਚ ਸਪੈਸੀਫਿਕ ਜਿਹੜੀ ਵੀ ਪੈਸਟ ਹੈ ਉਹ ਉਹ ਜਿਹੜਾ ਸਪੈਸੀਫਿਕ ਇਨਸੈਕਟ ਹੈ ਉਹਦੇ ਅਗੇਂਸਟ ਉਹ ਪlant ਰੈਜ਼ਿਸਟੈਂਟ ਹੋ ਜਾਂਦਾ ਹੈ। ਥੈਟ ਮੀਨਸ ਹੁਣ ਕੋਈ ਲੋੜ ਨਹੀਂ ਹੈਗੀ ਇਨਸੈਕਟੀਸਾਈਡਸ ਦੀ। ਸੋ ਆਪਾਂ ਕਹਿ ਸਕਦੇ ਆ ਕਿ ਹੁਣ ਆਪਣੇ ਕੋਲ ਇੱਕ ਬਾਇਓਪੈਸਟਿਸਾਈਡ ਤਿਆਰ ਹੋ ਗਈ ਹੈ। ਬਾਇਓਪੈਸਟਿਸਾਈਡ ਦੇ ਵਿੱਚ ਆਪਾਂ ਇੱਕ ਮਾਈਕਰੋਬੀਅਲ ਜੀਨ ਯੂਜ਼ ਕੀਤਾ ਹੈ ਜਿਹਦੀ ਹੈਲਪ ਦੇ ਨਾਲ ਆਪਣੇ ਆਪਾਂ ਆਪਣੇ ਪlant ਨੂੰ ਪੈਸਟ ਰੈਜ਼ਿਸਟੈਂਸ ਬਣਾਇਆ ਹੈ। ਸੋ ਬੈਸਲਸ ਫਿਰੰਜਨਸਿਸ ਦੇ ਵਿੱਚੋਂ ਬੀਟੀ ਟੌਕਸਿਨ ਜਿਹੜਾ ਆਈਸੋਲੇਟ ਆਪਾਂ ਕਰਦੇ ਆਂ ਇਟ ਇਜ਼ ਅ ਟਾਈਪ ਆਫ ਪ੍ਰੋਟੀਨ ਸੋ ਇਹ ਕੀ ਕਰਦਾ ਹੈ ਇਹ ਕਿਲ ਕਰਦਾ ਹੈ ਇਨਸੈਕਟਸ ਲਾਈਕ ਲੈਪੀਡੋ ਲੈਪੀਡੋਟਰੋਂਸ ਜੋ ਕਿ ਟਬੈਕੋਜ਼ ਬੱਡਵਾਰਮ ਜਾਂ ਆਰਮੀ ਵਾਰਮ ਆਰਮੀ ਵਾਰਮਸ ਹੁੰਦੇ ਨੇ ਥੈਨ ਕੋਲੀਪਟੇਰੋਂਸ ਯੂ نو ਜੋ ਕਿ ਸੋ ਇਹਦੇ ਵਿੱਚ ਬੀਟਲਸ ਆ ਜਾਂਦੇ ਕੋਲੀਪਟੇਰੋਂਸ ਦੇ ਵਿੱਚ ਬੀਟਲਸ ਆ ਜਾਂਦੇ ਨੇ ਐਂਡ ਡੈਪਟੇਰੋਂਸ ਦੇ ਵਿੱਚ ਫਲਾਈਜ਼ ਐਂਡ ਮੋਸਕੀਟੋਸ ਆ ਜਾਂਦੇ ਨੇ ਸੋ ਆ ਸਾਰੇ ਜਿਹੜੇ ਵੀ ਬੀਟੀ ਟੌਕਸਿਨ ਹੈ ਇੰਨਾ ਸਾਰੇ ਇਨਸੈਕਟਸ ਨੂੰ ਕਿਲ ਕਰਦਾ ਹੈ ਨੈਕਸਟ ਜਿਹੜਾ ਬੀਟੀ ਟੌਕਸਿਨ ਜੀਨ ਹੁੰਦਾ ਹੈ ਨਾ ਇਹ ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਹੈ ਐਟ ਪਾਰਟिकुलर ਫੇਸ ਆਫ ਦਾ ਬੈਕਟੀਰੀਅਲ ਸੈਲ ਇਸ ਕਰਕੇ ਇਹਨੂੰ ਇਨਸੈਕਟਿਸਾਈਡਲ ਪ੍ਰੋਟੀਨ ਵੀ ਕਿਹਾ ਜਾਂਦਾ ਹੈ ਜਦੋਂ ਤੇ ਇਹ ਇਨਸੈਕਟ ਦੀ ਬੋਡੀ ਦੇ ਵਿੱਚ ਹੁੰਦਾ ਹੈ ਇਹ ਕਿਹੜੀ ਫਾਰਮ ਦੇ ਵਿੱਚ ਪ੍ਰੈਸੈਂਟ ਹੁੰਦਾ ਇਨੈਕਟਿਵ ਫਾਰਮ ਦੇ ਵਿੱਚ ਇਸ ਕਰਕੇ ਇਨਸੈਕਟ ਨੂੰ ਇਹ दैट मींस ਇਨਸੈਕਟ ਇਨ ਦ ਸੈਂਸ ਸੌਰੀ ਆਮ ਯੂজিং ਇਨਸੈਕਟ ਇੱਥੇ ਮੈਨੂੰ ਇੱਕ ਵਰਡ ਯੂਜ਼ ਕਰਨਾ ਚਾਹੀਦਾ ਹੈ ਬੈਕਟੀਰੀਆ ਜ ਮਤਲਬ ਕਿ ਜਾਤ ਦਾ ਬਿਟੋਕਸਿਨ ਬੈਕਟੀਰੀਆ ਦੇ ਅੰਦਰ ਹੁੰਦਾ ਹੈ ਤਾਂ ਤੱਕ ਕਿ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਕਿਉਂਕਿ ਇਨੈਕਟਿਵ ਫਾਰਮ ਦੇ ਵਿੱਚ ਹੁੰਦਾ ਹੈ ਇਸ ਕਰਕੇ ਇਹਨੂੰ ਇਨੈਕਟਿਵ ਪ੍ਰੋਟੋਕਸਿਨ ਕਿਹਾ ਜਾਂਦਾ ਹੈ ਬਟ ਜਦੋਂ ਕੋਈ ਕੋਈ ਇਨਸੈਕਟ ਇਹਨੂੰ ਖਾਂਦਾ ਹੈ ਇਸ ਬੀਟੀ ਬੀਟੀ ਟੌਕਸਿਨ ਜੀਨ ਜਦੋਂ ਕਿਸੇ ਇਨਸੈਕਟ ਦੇ ਅੰਦਰ ਜਾਂਦੀ ਹੈ ਉਦੋਂ ਇਹ ਐਕਟਿਵ ਹੋ ਜਾਂਦਾ ਹੈ ਇਹ ਟੌਕਸਿਨ ਦੀ ਐਕਟਿਵ ਫਾਰਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਕਿਉਂ ਕਿ ਕਿਉਂਕਿ ਜਿਹੜਾ ਇਨਸੈਕਟ ਹੈ ਜਿਹੜਾ ਉਹਦਾ ਗਰਟ ਰੀਜਨ ਹੈ ਉੱਥੇ ਜਿਹੜੀ ਅਲਕਲਾਈਨ ਪੀ ਐਚ ਪ੍ਰੈਜ਼ెంట్ ਹੁੰਦੀ ਹੈ ਉਸ ਅਲਕਲਾਈਨ ਪੀ ਐਚ ਦਾ ਕਰਕੇ ਉਹ ਜਿਹੜਾ ਜਿਹੜੀ ਇਨੈਕਟਿਵ ਫਾਰਮ ਹੈ ਬੀਟੀ ਟੌਕਸਿਨ ਦੀ ਉਹ ਐਕਟਿਵ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਨਾ ਐਂਡ ਥਿਸ ਐਕਟੀਵੇਟਿਡ ਟੌਕਸਿਨ ਇਹ ਬਾਈਂਡ ਕਰ ਦਿੰਦਾ ਹੈ ਮਿਡਗਟ ਐਪੀਥੀਲੀਅਲ ਸੈਲਸ ਹੁੰਦੇ ਜਿਹੜੇ ਉਹਦੇ ਮਿਡਗਟ ਗਟ ਰੀਜਨ ਦੇ ਵਿੱਚ ਐਪੀਥੀਲੀਅਲ ਸੈਲਸ ਨੇ ਇਨਸੈਕਟ ਦੇ ਉਹਨਾਂ ਨਾਲ ਇਹ ਬਾਈਂਡ ਕਰਦਾ ਹੈ ਆਹ ਵਾਲਾ ਟਾਕਸਿਨ ਐਂਡ ਉਹ ਤੇ ਕਿ ਪੋਰਸ ਕ੍ਰੀਏਟ ਕਰ ਦਿੰਦਾ ਹੈ ਉਹਦੇ ਗਟ ਦੇ ਵਿੱਚ ਸਵੈਲਿੰਗ ਕ੍ਰੀਏਟ ਕਰ ਦਿੰਦਾ ਹੈ ਐਂਡ ਐਟ ਲਾਸਟ ਜਿਹੜਾ ਇਨਸੈਕਟ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਠੀਕ ਹੈ ਸੋ ਆਟੋਮੈਟਿਕਲੀ ਜਦੋਂ ਵੀ ਕੋਈ ਇਨਸੈਕਟ ਆ ਕੇ ਖਾਊਗਾ ਉਸ ਪlant ਨੂੰ ਜਿਹਦੇ ਵਿੱਚ ਆਹ ਜੀਨ ਹੈਗਾ ਹੈ ਉਹ ਇਨਸੈਕਟ ਜਿਹੜਾ ਆਪਣੇ ਆਪ ਆਟੋਮੈਟਿਕਲੀ ਡੈੱਡ ਹੋ ਜਾਊਗਾ ਸੋ ਅਜਿਹਾ ਜੀਨ ਹੈ ਬੀਟੋਕਸਿਨ ਜੀਨ ਜਦੋਂ ਇਹਨੂੰ ਬੈਕਟੀਰੀਆ ਤੋਂ ਆਈਸੋਲੇਟ ਕੀਤਾ ਜਾਂਦਾ ਹੈ ਇਹਨੂੰ ਇੱਕ ਜੀਨ ਐਨਕੋਡ ਕਰਦਾ ਹੈ ਕਿਹੜਾ ਜੀਨ ਹੈ ਉਹ ਕ੍ਰਾਈ ਜੀਨ ਠੀਕ ਹੈ ਇਸ ਕ੍ਰਾਈ ਜੀਨ ਦੀਆਂ ਡਿਫਰੈਂਟ ਟਾਈਪਸ ਵੀ ਹੈਗੀਆਂ ਨੇ ਸੋ ਡਿਫਰੈਂਟ ਡਿਫਰੈਂਟ ਕ੍ਰਾਈ ਜੀਨਸ ਨੇ ਉਹ ਡਿਪੈਂਡ ਕਰਦਾ ਕਿਹੜੀ ਟਾਈਪ ਦੀ ਆਪਾਂ ਕ੍ਰੌਪ ਯੂਜ਼ ਕਰਦੇ ਪਏ ਆ ਕਿਹੜੀ ਟਾਈਪ ਦੀ ਆਪਣੀ ਆ ਪੈਸਟ ਹੈ ਵਿਚ ਟਾਈਪ ਆਫ ਕ੍ਰੌਪ ਵਿਚ ਟਾਈਪ ਆਫ ਟਾਰਗੇਟ ਪੈਸਟ ਇਜ਼ देयर ਸੋ ਫਾਰ ਇਗਜ਼ਾਮਪਲ ਕ੍ਰਾਈ 1 AC ਐਂਡ ਕ੍ਰਾਈ 2 AB ਇੱਕ ਕਾਟਨ ਬੋਲਵorms ਜੋ ਨਹੀਂ ਜੋ ਕਾਟਨ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਵਾਸਤੇ ਯੂਜ਼ ਕੀਤੇ ਜਾਂਦੇ ਨੇ ਐਂਡ ਜਿਹੜਾ ਕਰਾਏ 1 ए बी ਹੈ ਉਹ ਜਿਹੜਾ ਹੈ ਉਹ ਕੌਰਨ ਬੋਰਰ ਹੈ ਠੀਕ ਹੈ ਕੌਰਨ ਬੋਰਰ ਵਾਸਤੇ ਆਹ ਵਾਲਾ ਜੀਨ ਯੂਜ਼ ਕੀਤਾ ਜਾਂਦਾ ਹੈ ਜੋ ਕੌਰਨ ਨੂੰ ਖਾਂਦਾ ਹੈ ਠੀਕ ਹੈ ਸੋ ਦਿਸ ਇਜ਼ ਦਾ ਮੇਨ ਲਾਜਿਕ ਬਿਹਾਈਂਡ ਦਿਸ ਸੋ ਤੁਸੀਂ ਦੇਖ ਸਕਦੇ ਹੋ ਕਿ ਬੀਟੀ ਟੌਕਸਿਨ ਜਿਹੜਾ ਹੈ ਇਨਐਕਟਿਵ ਫਾਰਮ ਦੇ ਵਿੱਚ ਹੈ ਉਹ ਸਪ੍ਰੇ ਕਿਤਾ ਜਾਂਦਾ ਹੈ ਅ ਕ੍ਰੌਪ ਦੇ ਵਿੱਚ ਜਾਂ ਫਿਰ ਥਰੂ ਵੇਰੀਅਸ ਵੇਰੀਅਸ ਮੈਥਡਸ ਲਾਈਕ ਮਾਈਕਰੋ ਇੰਜੈਕਸ਼ਨ ਜੀਨ ਗਨ ਹਨਾ ਜੋ ਜੋ ਵੀ ਆਪਾਂ ਸਟੱਡੀ ਕਰਕੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆ ਪਲਾਂਟਸ ਦੇ ਵਿੱਚ ਐਂਟਰ ਹੁੰਦਾ ਹੈ ਇਨਸੈਕਟ ਨੂੰ ਖਾਂਦੇ ਨੇ ਫੇਰ ਜਿਹੜਾ ਟੌਕਸਿਨ ਹੈ ਉਹ ਜਾ ਕੇ ਐਕਟਿਵ ਹੋ ਜਾਂਦਾ ਹੈ ਉਹਦੇ ਗਟ ਦੇ ਵਿੱਚ ਸਵੇਲਿੰਗ ਕ੍ਰੀਏਟ ਕਰਦਾ ਹੈ ਗਟ ਦੇ ਵਿੱਚ ਇਨਸੈਕਟ ਦੀ ਪੋਰਸ ਐਂਡ ਅਲਟੀਮੇਟਲੀ ਡੈਥ ਹੋ ਜਾਂਦੀ ਹੈ ਇਨਸੈਕਟ ਦੀ ਸੋ ਇਨ ਥਿਸ ਵੇ ਆਪਾਂ ਕਹਿ ਸਕਦੇ ਹਾਂ ਕਿ ਪੈਸਟ ਰੈジਸਟੈਂਟ ਪਲਾਂਟ ਤਿਆਰ ਕੀਤੇ ਗਏ ਨੇ ਹਮਦਰ ਫੋਰਦਰ ਇੱਕ ਹੋਰ ਜਿਹੜਾ ਆਪਾਂ ਦੇਖੀ ਜਿਹੜਾ ਆ ਬੀਟੀ ਟਾਕਸਿਨ ਵਾਲਾ ਕੰਮ ਹੈ ਇਹ ਜਸਟ ਅ ਸਰਟਨ ਪੈਸਟ ਦੇ ਲਈ ਹੀ ਯੂਸਫੁਲ ਹੈ ਸਾਰੀਆਂ ਪੈਸਟ ਦੇ ਲਈ ਯੂਸਫੁਲ ਨਹੀਂ ਹੈ ਦੇਖੀ ਇਟ ਇਜ਼ ਨਾਟ ਟਾਕਸਿਕ ਟੂ 올 ਦਾ ਪੈਸਟ ਜਾਂ ਫਿਰ ਕੀ ਹੁੰਦਾ ਜੇ ਤੁਹਾਨੂੰ ਲੰਬੇ ਟਾਈਮ ਤੱਕ ਆਪਾਂ ਯੂਜ਼ ਕਰਾਂਗੇ ਜਿਹੜੀ ਵੀ ਪੈਸਟ ਵਾਸਤੇ ਆਪਾਂ ਇਹਨੂੰ ਯੂਜ਼ ਕਰਦੇ ਪਏ ਆ ਉਹ ਪੈਸਟ ਹੌਲੀ-ਹੌਲੀ ਇਹਦੇ ਰੈਜ਼ਿਸਟੈਂਟ ਹੋ ਜਾਂਦੀ ਉਹਦੇ ਤੇ ਹੁਣ ਇਹਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਉਹਦੇ ਉਹ ਵਾਲੀ ਪੈਸਟ ਉਹ ਵਾਲਾ ਇਨਸੈਕਟ ਇਹਦੇ ਇਸ ਜੀਨ ਦੇ ਰੈਜ਼ਿਸਟੈਂਸ ਹੋ ਗਿਆ ਹੈ ਹੁਣ ਭਾਵੇਂ ਜਿੰਨਾ ਮਰਜੀ ਆਪਾਂ ਇਹਨੂੰ ਉਹਦੇ ਤੇ ਐਂਟਰ ਕਰਵਾ ਦੀ ਉਹਦੀ ਬਾਡੀ 'ਚ ਉੱਤੇ ਉਸ ਪੈਸਟ 'ਤੇ ਇਹਦਾ ਕੋਈ ਅਸਰ ਨਹੀਂ ਹੋਊਗਾ ਇਸ ਕੇਸ ਦੇ ਵਿੱਚ ਇੱਕ ਹੋਰ ਨਿਊ ਟੈਕਨੋਲੋਜੀ ਹੈ ਥੈਟ ਇਜ਼ ਆਰਐਨਏ ਇੰਟਰਫੀਰੈਂਸ ਜੋ ਕਿ ਯੂਜ਼ ਕੀਤੀ ਜਾਂਦੀ ਹੈ so it is another approach to develop pest resistant crop against nematode parasite kidi against mostly ye nematode parasite de against use kiti jandi hai so example leda hai meligneta incognita e ik nematode uh, hai jo ki as a parasite act karta hai and kithe present hunda hai tobacco diyan roots de vich enu no, ohna nu no khanda hai tobacco diyan roots nu and काफी ह्यूज अमाउंट ऑफ लॉस क्रिएट ਕਰਦਾ ਹੈ the principle ki hai ki साइलेंसिंग ट्रांसलेशन ऑफ स्पेसिफिक एमआरएनए ਜਦੋਂ ਡੀਐਨਏ ਚੋਂ ਆਰਐਨਏ ਬਣਦਾ ਹੈ ਨਾ ਆਰਐਨਏ ਤੋਂ ਜਦੋਂ ਐਮਆਰਐਨਏ ਬਣਦਾ ਹੈ ਨਾ ਸੋ ਉਸ ਐਮਆਰਐਨਏ ਦੀ ਸਾਇਲੈਂਸੀ ਕਰ ਦਿੱਤੀ ਜਾਂਦੀ ਉਹਨੂੰ ਐਮਆਰਐਨਏ ਨੂੰ ਬਣਨ ਨਹੀਂ ਦਿੱਤਾ ਜਾਂਦਾ ਤਾਂ ਕਿ ਅੱਗੇ ਜਾ ਕੇ ਜਿਹੜਾ ਐਮਆਰਐਨਏ ਉਹ ਆਪਣੀ ਆਪਣੀ ਪ੍ਰੋਡਕਟ ਕਰੀਏ ਨਾ ਕਰੇ ਠੀਕ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਇਟਸ ਆਰਐਨਏ ਇੰਟਰਫੀਰੈਂਸ ਜਿਹੜਾ ਜਿੰਨੇ ਵੀ ਯੂਕਰੀਓਟਿਕ ਆਰਗਨਿਜ਼ਮਸ ਹੈ ਉਹਨਾਂ ਦੇ ਵਿੱਚ ਹੁੰਦਾ ਹੈ ਐਜ਼ ਅ ਮੈਥਡ ਆਫ ਸੈਲਫ ਡਿਫੈਂਸ ਸੈਲ ডিফেন্স ਵਾਲਾ ਮੈਥਡ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕੀ ਕੀਤਾ ਜਾਂਦਾ ਹੈ ਜਿਹੜਾ ਵੀ ਅ ਸਪੈਸਿਫਿਕ ਐਮ ਆਰ ਐਨ ਐ ਹੈ ਠੀਕ ਹੈ ਜਦੋਂ ਉਹ ਅੱਗੇ ਜਾ ਕੇ ਐਕਸਪ੍ਰੈਸ ਕਰੂਗਾ ਆਪਣੇ ਆਪ ਨੂੰ ਇੱਕ ਅ ਪ੍ਰੋਡਕਟ ਕ੍ਰੀਏਟ ਕਰੂਗਾ ਇੱਕ 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 ਪ੍ਰੋਡਕਟ ਬਣੂਗੀ ਉਹਦੇ ਨਾਲ ਜਿਹੜਾ ਸੈੱਲ ਹੈ ਹੈਨਾ ਉਹਦੇ ਜੋ ਵੀ ਮੈਟਾਬੋਲਿਕ ਰਿਐਕਸ਼ਨਸ ਹੈ ਉਹ ਹੁੰਦੇ ਨੇ ਬਟ ਜਦੋਂ ਐਮ ਆਰ ਐਨ ਹੀ ਸਟਾਪ ਹੋ ਗਿਆ ਅੱਗੇ ਜਾ ਕੇ ਉਹਨੇ ਕੁਝ ਨਹੀਂ ਬਣਾਉਣਾ ਸੈੱਲ ਦੀਆਂ ਜੋ ਵੀ ਰਿਐਕਸ਼ਨਸ ਸਟਾਪ ਹੋ ਜਾਣਗੇ ਥੈਟ ਮੀਨਸ ਇੱਕ ਹਿਸਾਬ ਦਾ ਉਹ ਜਿਹੜਾ ਵੀ ਉਹ ਪੈਸਟ ਹੈ ਉਹ ਡੈੱਡੀ ਹੋ ਜਾਊਗੀ ਨਾ ਸੋ ਥਿਸ ਇਜ਼ ਦਾ ਮੇਨ ਕਨਸੈਪਟ ਬਿਹਾਈਂਡ ਥਿਸ ਠੀਕ ਹੈ ਸੋ ਇਹਦੇ ਵਿੱਚ ਕੀ ਕੀ ਇਨਵੋਲਵ ਕੀਤਾ ਜਾਂਦਾ ਹੈ ਇਟ ਇਨਵੋਲਵ ਸਾਇਲੈਂਸਿੰਗ ਆਫ ਅ ਸਪੈਸੀਫਿਕ ਐਮ ਆਰ ਐਨ ਏ ਕਿਦਾਂ ਡਿਊ ਟੂ ਕੰਪਲੀਮੈਂਟਰੀ ਡਬਲ ਸਟੈਂਡਰਡ ਆਰ ਐਨ ਏ ਮੋਲੀਕਿਊਲ ਥੈਟ ਬਾਈਂਡਸ ਟੂ ਐਂਡ ਪ੍ਰੀਵੈਂਟਸ ਟ੍ਰਾਂਸਲੇਸ਼ਨ ਆਫ ਐਮ ਆਰ ਐਨ ਏ ਠੀਕ ਹੈ ਸੋ ਜਦੋਂ ਕੰਪਲੀਮੈਂਟਰੀ ਡਬਲ ਸਟੈਂਡਰਡ ਆਰ ਐਨ ਏ ਬਣਦਾ ਹੈ ਉਦੋਂ ਕੀ ਉਦੋਂ ਕੀ ਹੁੰਦਾ ਹੈ ਅੱਗੇ ਜਾ ਕੇ ਜਿਹੜਾ ਜਿਹੜੀ ਇਹਦੀ ਸਾਇਲੈਂਸਿੰਗ ਹੋ ਜਾਂਦੀ ਐਮ ਆਰ ਐਨ ਏ ਦੀ ਕਿਦਾਂ ਹੁੰਦੀ ਹੈ ਵੀ ਵਿਲ ਸੀ ਥਰੂ ਥਿਸ ਡਾਇਗਰਾਮ ਐਗਜ਼ਾਮਪਲ ਫੋਰ ਐਗਜ਼ਾਮਪਲ ਆਪਾਂ ਜੇ ਆਪਾਂ ਕਹਾਂਗੇ ਕਿ ਵੈਕਟਰ ਆਪਾਂ ਯੂਜ਼ ਕਰਦੇ ਆਂ ਵੈਕਟਰ ਕਿਹੜਾ ਐਗਰੋਬੈਕਟੀਰੀਅਮ ਇੱਕ ਬੈਕਟੀਰੀਆ ਐਗਰੋਬੈਕਟੀਰੀਅਮ ਨੂੰ ਐਸਾ ਵੈਕਟਰ ਯੂਜ਼ ਕਰਦੇ ਆ ਠੀਕ ਹੈ ਇਹਨੂੰ ਆਪਾਂ ਜੈਨੇਟਿਕਲੀ ਇੰਜੀਨੀਅਰ ਕੀਤਾ ਹੋਇਆ ਹੈ ਐਂਡ ਐਂਡ ਜੈਨੇਟਿਕਲੀ ਇੰਜੀਨੀਅਰ ਜਿਹੜਾ ਆਪਣਾ ਐਗਰੋਬੈਕਟੀਰੀਅਮ ਹੈ ਇਹ ਕੀ ਕਰੂਗਾ ਜਿਹੜੇ ਨੈਮਟੋਡ ਸਪੈਸਿਫਿਕ ਜੀਨਸ ਨੇ दैट मींस ਡੀਐਨਏ ਨੇ ਉਹਨੂੰ ਇੰਟਰੋਡਿਊਸ ਕਰਵਾਊਗਾ ਆਪਣੇ ਹੋਸਟ ਬਾਡੀ ਦੇ ਵਿੱਚ ਆਪਣੇ ਹੋਸਟ ਪlant ਦੇ ਵਿੱਚ ਸੋ ਨੈਮਟੋਡ ਸਪੈਸਿਫਿਕ ਜੀਨਸ ਜਿਹੜੇ ਅਗੇਨਸਟ ਨੇ ਉਸ ਮੈਲਗਨਟਾ ਦੇ ਅਗੇਂਸ ਜਿਹੜੇ ਉਹ ਨੈਮਟੋਡ ਦੇ ਉਹਦੇ ਅਗੇਂਸ ਜਿਹੜੀ ਜੀਨਸ ਨੇ ਉਹ ਇੰਟਰਡਿਊਸ ਹੋਣਗੇ ਹੋਸਟ ਸੈੱਲ ਦੇ ਵਿੱਚ ਟ੍ਰਾਂਸਜੇਨਿਕ ਪਲਾਂਟ ਬਣ ਜਾਊਗਾ ਟ੍ਰਾਂਸਜੇਨਿਕ ਪਲੈਂਟਸ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਜੈਨੇਟਿਕ ਮੇਕਅਪ ਆਪਾਂ ਚੇਂਜ ਕਰਤਾ ਕਿਉਂਕਿ ਉਹਨਾਂ ਦੇ ਵਿੱਚ ਆਪਾਂ ਕੁਝ ਨਿਊ ਜੀਨ ਇਨਸਰਟ ਕਰਵਾਇਆ ਹੈ ਹੁਣ ਜਦੋਂ ਆ ਨਿਊ ਜੀਨ ਜਾਊਗਾ ਉਹਦੇ ਅੰਦਰ ਪਲਾਂਟ ਦੀ ਬੋਡੀ ਦੇ ਅੰਦਰ ਕੀ ਪ੍ਰੋਡਿਊਸ ਕਰੂਗਾ ਇਟ ਵਿਲ ਮੇਕ ਟੂ ਟਾਈਪਸ ਆਫ ਆਰਐਨਏ ਇੱਕ ਸੈਂਸ ਆਰਐਨਏ ਨੇ ਇੱਕ ਐਂਟੀਸੈਂਸ ਆਰਐਨਏ ਨੇ ਇਨ ਹੋਸਟ ਪਲਾਂਟ ਠੀਕ ਹੈ ਆ ਦੋਵੇਂ ਜਿਹੜੇ ਸੈਂਸ ਆਰਐਨ The RNA complimentary हुँगे, complimentary हुँगे, तो एंटीसेंस आर एन ए होगी यसपलीमेंटरी होम्पलीमेंटरी होने के एक दूजे डबल स्टैंडर्ड आर एन ए फॉर्म कर दे सो so, एक की e बना देन डबल स्टैंडर्ड आर एन ए बना द आपस कॉम्पलीमेंटरी हो बेसपेयरिंग मैच करूंगी एंड हूँ की होगा आर एन ए इंटरफेरेंस की स्टार्टिंग होजूगी ठीक है जो भी कोई नैमाटोड आलांट में इन्फैक्ट करेगा आ जरा नैमाटोड uh, ਸਪੈਸੀਫਿਕ ਜੀਨ ਆ ਠੀਕ ਆ ਇਹ ਉਹਦੇ ਅੰਦਰ ਜਾਊਗਾ ਐਂਡ ਕੀ ਕਰੂਗਾ ਇਹ ਜਾ ਕੇ ਜਿਹੜਾ ਡਬਲ ਸਟੈਂਡਰਡ ਆ ਰਹੇ ਨੇ ਆ ਇਹ ਉਹਦੇ ਜਿਹੜੇ ਅੰਦਰ ਜਾ ਕੇ ਐਮ ਆਰ ਐਨ ਦੀ ਸਾਇਲੈਂਸਿੰਗ ਕਰ ਦੂਗਾ ਠੀਕ ਹੈ ਨਾ ਸੋ ਉਹਦੇ ਐਮ ਆਰ ਐਨ ਨੂੰ ਸਾਇਲੈਂਟ ਕਰ ਦੂਗਾ ਉਹਦੇ ਐਮ ਆਰ ਐਨ ਅੱਗੇ ਅੱਗੇ ਪ੍ਰੋਸੈਸ ਨਹੀਂ ਹੋਊਗਾ ਇਹ ਇਦਾਂ ਹੁੰਦਾ ਕਰਕੇ ਜਿਹੜਾ ਨੈਮਟੋਡ ਆ ਜਿਹੜਾ ਆਪਣਾ ਪੈਰਾਸਾਈਟ ਆ ਉਹ ਇਟ ਵਿਲ ਨਾਟ ਸਰਵਾਈਵ ਠੀਕ ਹੈ ਮਰ ਜੂਗਾ and jehdi apni transgenic plant hai jehda apna host hai that will be resistance to that parasite